ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਹੁਣੇ-ਹੁਣੇ ਤਾਜੀ ਅਪਡੇਟ ਆਈ ਹੈ ਜੀ এডਿਕੇਸ਼ਨ ਸਕੂਲ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ এডਿਕੇਸ਼ਨ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਦੇ ਸਬੰਧ ਦੇ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਨੋਟੀਫਿਕੇਸ਼ਨ ਤਾਂ ਇਹ ਜਿਉ ਨੋਟੀਫਿਕੇਸ਼ਨ ਡੇਟ ਦੇਖ ਸਕਦੇ ਹਾਂ 4 11 2020 ਤਾਂ ਇਹ ਉਹਨਾਂ ਲਈ ਜਾਰੀ ਕੀਤਾ ਗਿਆ ਜਿਹੜੇ ਸਿੱਖਿਆ ਪ੍ਰੋਵਾਈਡਰ ਨੇ ਅਤੇ ਵਲੰਟੀਅਰ ਨੇ ਜਿਨ੍ਹਾਂ ਨੇ 2008 ਤੋਂ ਪਹਿਲਾਂ ਜਿਹੜੀ 23 8 2010 ਤੋਂ ਪਹਿਲਾਂ ETT ਜਾਂ ਫਿਰ VET ਕੀਤੀ ਸੀ ਤਾਂ ਇਹਨਾਂ ਨੂੰ ਛੋਟ ਦਿੱਤੀ ਗਈ ਸੀ ਕਿ ਤੁਸੀਂ TET ਨਹੀਂ ਦੇਣਾ ਹੈਗਾ ਬਿਨਾ TET ਪਾਸ ਕੀਤੇ ਵੀ ਤੁਸੀਂ ਮਾਸਟਰਕੇਡ ਲਈ ਜਾਂ ETT ਲਈ ਜੋ ਸੈਕੰਡ ਐਗਜ਼ਾਮ ਹੋਏਗਾ ਅਪਲਾਈ ਕਰ ਸਕਦੇ ਹੋ ਤਾਂ ਇਹਦੇ ਸਬੰਧ ਵਿੱਚ ਇਹਨਾਂ ਨੇ ਕਿਹਾ ਵੀ ਤੁਹਾਨੂੰ ਕੇਵਲ ਇਹੀ ਛੋਟ ਦਿੱਤੀ ਜਾਏਗੀ ਹੋਰ ਕੋਈ ਤੁਹਾਨੂੰ ਛੋਟ ਨਹੀਂ ਦਿੱਤੀ ਜਾਏਗੀ ਸੋ ਇਹ ਇਹਨਾਂ ਨੇ ਕਲੀਅਰ ਕੀਤਾ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਵੀ ਸਾਡਾ ਜਿਹੜਾ ਇਹਨਾਂ ਦਾ ਤੁਹਾਡੀ ਛੋਟ ਦੇਣ ਦਾ ਆਖਰੀ ਪੈਰਾ ਇਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਆਖਰੀ ਹੋਵੇਗਾ। ਸੋ ਹੋਰ ਕੋਈ ਤੁਹਾਨੂੰ ਛੋਟ ਨਹੀਂ ਦਿੱਤੀ ਜਾਵੇਗੀ ਸਿਵਾਏ ਟੈਟ ਪਾਸ ਕਰਨ ਦੇ। ਸੋ ਇਹ ਨੋਟੀਫਿਕੇਸ਼ਨ ਹੈ ਇਹਨਾਂ ਨੇ ਜਾਰੀ ਕੀਤਾ ਵਾਕੀ ਜੋ ਵੀ ਨਵੀਂ ਅਪਡੇਟ ਆਏਗੀ ਅਸੀਂ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਨੇ ਆਂ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ। ਧੰਨਵਾਦ।